ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਅੱਜ ਬਣਾਵਾਂਗੇ ਆਪਾਂ ਇਹ ਵਾਲਾ ਡਿਜ਼ਾਇਨ। ਇਸ ਡਿਜ਼ਾਇਨ ਨੂੰ ਬਣਾਉਣ ਦੇ ਲਈ ਪੰਜ ਪੰਜ ਕੁੰਡੇ ਦੇ ਹਿਸਾਬ ਨਾਲ ਕੁੰਡੇ ਦੇ ਚਾਹੀਦੇ ਨੇ ਅਤੇ ਦੋ ਕੁੰਡੇ ਵੱਧ। ਇੱਕ, ਦੋ, ਤਿੰਨ, ਚਾਰ, ਪੰਜ। ਇਹ ਪੰਜ ਕੁੰਡੇ ਆਪਣੇ ਪਲੇਨ ਬੁਣ ਲਏ ਧਾਗਾ ਅੱਗੇ ਕਰਕੇ। ਇੱਕ, ਦੋ, ਇਸ ਤਰ੍ਹਾਂ ਡਬਲ ਵਲ ਪਾ ਕੇ ਪੰਜ ਕੁੰਡੇ ਆਪਾਂ ਅੱਗੇ ਨੂੰ ਬੁਣ ਲਵਾਂਗੇ। ਦੋ, ਤਿੰਨ, ਚਾਰ, ਪੰਜ, ਪਿੱਛੇ ਤੱਕ ਕਰਕੇ ਪੰਜ ਕੁੰਡੇ ਸਿੱਧੇ ਬੁਣ ਲਵਾਂਗੇ। ਫਿਰ ਅੱਗੇ ਤੱਕ ਕਰਕੇ ਡਬਲ ਪਣ ਪਾ ਕੇ ਪੰਜ ਕੁੰਡੇ ਫਿਰ ਬੁਣ ਲਵਾਂਗੇ। ਦੂਸਰੀ ਸਿਲਾਈ, ਜਿੰਨਾ ਆਪਣੇ ਪੰਜ ਕੁੰਡਿਆਂ 'ਤੇ ਪਲ ਪਾਏ ਸੀ ਉਹ ਉਧੇੜ ਲਵਾਂਗੇ। ਚਾਰ, ਪੰਜ, ਇਹਨਾਂ ਨੂੰ ਸਿਲਾਈ ਦੇ ਵਿੱਚ ਇਸ ਤਰ੍ਹਾਂ ਹੀ ਰੱਖ ਕੇ ਆਪਣੇ ਕੰਨੀ ਧਾਗਾ ਰੱਖ ਕੇ ਅਗਲੇ ਪੰਜ ਕੁੰਡੇ ਬੁਣ ਲਵਾਂਗੇ। ਇਹਨਾਂ ਨੂੰ ਬਿਲਕੁਲ ਬੁਣੇ ਹੀ ਛੱਡ ਦੇਵਾਂਗੇ। ਦੋ, ਤਿੰਨ, ਚਾਰ, ਪੰਜ, ਅਗਲੇ ਪੰਜ ਕੁੰਡਿਆਂ 'ਤੇ ਫਿਰ ਬਲ ਦੇੜ ਲਵਾਂਗੇ ਆਪਾਂ। ਇਹਨਾਂ ਨੂੰ ਇਸ ਤਰ੍ਹਾਂ ਹੀ ਛੱਡ ਕੇ, ਇਹ ਵਾਲਾ ਧਾਗਾ ਥੋੜ੍ਹਾ ਢਿੱਲਾ ਰੱਖਣਾ, ਅਗਲੇ ਪੰਜ ਕੁੰਡੇ ਬੁਣ ਲਵਾਂਗੇ। ਤੀਸਰੀ ਸਿਲਾਈ, ਇਹ ਪੰਜ ਕੁੰਡੇ ਆਪਾਂ ਸਿੱਧੀ ਬੁਣਾਂਗੇ। ਜਿਹੜੀ ਪੰਜ ਕੁੰਡਿਆਂ ਦੇ ਆਪਣੇ ਪਿਛਲੀ ਸਿਲਾਈ 'ਚ ਬਲ ਉਧੇੜੇ ਸੀ, ਇਹਨਾਂ ਪੰਜਾਂ ਕੁੰਡਿਆਂ ਦੇ ਵਿੱਚ ਇਸ ਤਰ੍ਹਾਂ ਸਿਲਾਈ ਪਾ ਕੇ ਇੱਕ ਕੁੰਡਾ ਬੁਣ ਲਵਾਂਗੇ। ਇਹ ਕੁੰਡੇ ਨੂੰ ਥੋੜ੍ਹਾ ਢਿੱਲਾ ਰੱਖਾਂਗੇ, ਦੂਸਰਾ ਇਸ ਤਰ੍ਹਾਂ ਬਲ ਪਾ ਲਵਾਂਗੇ। ਤੀਸਰਾ ਕੁੰਡਾ ਬੁਣਿਆ ਗਿਆ, ਚੌਥਾ ਫਿਰ ਬਲ ਪਾ ਲਵਾਂਗੇ, ਪੰਜਵਾਂ ਫਿਰ ਕੁੰਡਾ ਬੁਣ ਲਵਾਂਗੇ। ਇਹ ਪੰਜ ਕੁੰਡਿਆਂ ਦੇ ਵਿੱਚੋਂ ਆਪਾਂ ਨੇ ਪੰਜ ਕੁੰਡੇ ਬਣਾ ਲਏ। ਇਹ ਦੇਖੋ, ਇੱਕ, ਦੋ, ਤਿੰਨ, ਚਾਰ, ਪੰਜ, ਇਹ ਪੰਜੇ ਕੁੰਡੇ ਆਪਾਂ ਸਿੱਧੇ ਬੁਣਾਂਗੇ। ਆਹ ਪੰਜ ਕੁੰਡਿਆਂ ਤੋਂ ਦੁਬਾਰਾ ਫਿਰ ਆਪਾਂ ਪੰਜ ਕੁੰਡੇ ਬਣਾ ਲਵਾਂਗੇ। ਚੌਥੀ ਸਿਲਾਈ ਬਿਲਕੁਲ ਪਲੇਨ ਹੀ ਬੁਣੀ, ਜੋ ਆਪਣੇ ਵੱਲ ਤੱਕ ਰੱਖ ਕੇ ਦੇਖੋ ਜੀ, ਆਪਣਾ ਡਿਜ਼ਾਇਨ ਬਣ ਕੇ ਤਿਆਰ ਆ। ਅਤੇ ਇਸ ਵਾਰੀ ਆਪਾਂ ਨੇ ਇੱਥੇ ਡਿਜ਼ਾਇਨ ਬਣਾਇਆ, ਅਗਲੀ ਵਾਰ ਜਿਹੜੀ ਪਲੇਨ ਬੁਣੀ ਸੀ ਇੱਥੇ ਡਿਜ਼ਾਇਨ ਬਣਾਵਾਂਗੇ। ਇਹਨਾਂ ਪਹਿਲੇ ਪੰਜ ਕੁੰਡਿਆਂ ਦੇ ਉੱਪਰ ਇਸ ਤਰ੍ਹਾਂ ਬਲ ਦੇ ਦਾਂਗੇ ਦੋ ਦੋ। ਜਿਹਨਾਂ ਕੁੰਡਿਆਂ ਦੇ ਉੱਪਰ ਉਦੋਂ ਬਲ ਦਿੱਤੇ ਸੀ ਉਹਨਾਂ ਨੂੰ ਆਪਾਂ ਪਿੱਛੇ ਤੱਕ ਕਰਕੇ ਸਿੱਧੇ ਬੁਣ ਲਵਾਂਗੇ ਪੰਜੇ।
ਹਾਂਜੀ ਹੁਣ ਆਪਾਂ ਪੰਜ ਕੁੰਡਿਆਂ ਦੇ ਬਲਬ ਉਧੇੜ ਲਵਾਂਗੇ। ਇਹਨਾਂ ਨੂੰ ਬੁਣ ਬੁਣੇ ਇਸ ਤਰ੍ਹਾਂ ਤੱਕ ਅੱਗੇ ਕਰਕੇ ਅਗਲੇ ਪੰਜ ਕੁੰਡੇ ਬੁਣ ਲਵਾਂਗੇ। ਹੁਣ ਇਹਨਾਂ ਪੰਜ ਕੁੰਡਿਆਂ 'ਚੋਂ ਆਪਾਂ ਪੰਜ ਕੁੰਡੇ ਬਣਾਵਾਂਗੇ। ਇਹ ਸਾਰੀ ਸਿਲਾਈ ਆਪਣੇ ਵੱਲ ਤੱਕ ਰੱਖ ਕੇ ਉਲਟੀ ਬੁਣੀ ਜਾਓ। ਇਹ 8 ਸਿਲਾਈਆਂ ਨੂੰ ਬਾਰ ਬਾਰ ਰਿਪੀਟ ਕਰਦੇ ਜਾਓ ਅਤੇ ਇੱਕ ਸ਼ਾਨਦਾਰ ਡਿਜ਼ਾਇਨ ਤਿਆਰ ਕਰਦੇ ਜਾਇਓ। ਵੀਡੀਓ ਨੂੰ ਲਾਈਕ ਸ਼ੇਅਰ ਔਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ। ਥੈਂਕ ਯੂ।